ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਨਿਸ਼ਾਨੇ ਸਾਧੇ ਅਤੇ ਉਹਨਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸੱਚਾਈ ਦਾ ਸਾਹਮਣਾ ਕਰਨ ਲਈ ਕਿਹਾ। ਅੱਜ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਘਰ ਮੇ ਬੈਠੇ ਹਾਂ ਛੁਪ ਕੇ ਔਰ ਸੁਖਬੀਰ ਸਿੰਘ ਬਾਦਲ ਜੀ ਸਾਹਮਣੇ ਆਣੇ ਕੀ ਜ਼ਰੂਰਤ ਨਹੀਂ ਕਰੇਂਗੇ ਕਿਉਂਕਿ ਆਜ ਪੰਜਾਬ ਨਹੀਂ ਪੂਰਾ ਵਿਸ਼ਵ ਕਾ ਸਿੱਖ ਔਰ ਗੁਰੂ ਗ੍ਰੰਥ ਸਾਹਿਬ ਕੋ ਮਾਨਨੇ ਵਾਲੇ ਲੋਕ ਇਹ ਦੇਖ ਰਹੇ ਹੈ ਕਿ ਵੋ ਜਿਨ੍ਹੋਂਨੇ ਯੇ ਗੁਰੂ ਸਾਹਿਬ ਕਾ ਕਤਲ ਕੀਆ ਹੈ ਵੋ ਕਹਾਂ ਹੈ। ਆਜ ਉਨਮੇ ਅਗਰ ਥੋੜੀ ਸੀ ਵੀ ਗੈਰਤ ਹੈ ਥੋੜੀ ਸੀ ਵੀ ਜ਼ੁਰਤ ਹੈ ਤੋ ਫਿਰ ਮੈਂ ਅਕਾਲੀ ਦਲ ਸੇ ਯੇ ਕਹਿਣਾ ਚਾਹਤਾ ਹੂੰ ਕਿ ਆਪ ਭਾਗੀਏ ਮਤ ਗਿੱਦੜ ਕੀ ਤਰ੍ਹਾਂ ਮਤ ਭਾਗੀਏ। ਅਗਰ ਸੱਚਮੁੱਚ ਮੈਂ ਆਪਣੇ ਸੱਚਮੁੱਚ ਪੰਜਾਬੀਓ ਕਾ ਖੂਨ ਹੈ तो आज सामना करिए पंजाब विधानसभा के अंदर उस रिपोर्ट का उस सच का जो आज सामने दर्शाएगी और सच का सच सामने आने वाला है। इसमें कोई शक ही नहीं है कि ये तो कत्ल हुए हैं और ये जो कातिल हैं वो आज अपने आप को सामने लाने। कल मैं देख रहा था एक बात और ये जो रिपोर्ट थी उस पन्नों पे हर पन्ने पे 20-20 बार गुरु साहब का नाम गुरु ग्रंथ साहब का नाम लिखा है और किस तरह से उस रिपोर्ट को पैरों के तले ये रौंद रहे थे गुरु ग्रंथ साहब के नाम को। मैंने इतनी ही बात कहना चाहता हूँ ये जितने भी कत्ल हुए हैं चाहे गुरु ग्रंथ साहब का कत्ल हुआ है चाहे गुरु के सिखों का कत्ल हुआ है वो पर्दा अब रुक गया है। अब कातिल सलाखों के पीछे होंगे।